आज बठिंडा में कोविड 19 की वैक्सीन का टीकाकरण का आगाज बठिंडा सिविल अस्पताल में सिविल सर्जन और एम्स के डायरेक्टर डॉक्टर वीके सिंह ने लगवा कर किया। जानकारी देते हुए बठिंडा सिविल अस्पताल के सिविल सर्जन ने बताया कि कोरोना महामारी के चलते सरकार द्वारा लोगों की सुरक्षा के लिए हर कदम उठाए जा रहे हैं, जिसके चलते आज बठिंडा सिविल अस्पताल में कोरोना वैक्सीन टीकाकरण सबसे पहले एम्स के डायरेक्टर डॉक्टर डीके सिंह ने लगवा कर किया और मैंने भी यह टीका लगवाया है। अगला इंजेक्शन 28 दिनों के बाद में लगेगा, एक हफ्ते के भीतर या इंजेक्शन चार्ज में लगाए जाएंगे और सरकार की तरफ से जिस तरह की गाइडलाइन आएंगे उसी हिसाब से अगली कार्रवाई की जाएगी। This morning, our Prime Minister has already started the vaccination campaign throughout the country. And on first day, the health workers will receive the vaccination. Just to show the other people also that we know the vaccine is safe. So there is no reason to avoid it or to listen any other, are there in the social media, not to go about that. ਸਰ ਲੋਕਾਂ ਦੇ ਵਿੱਚ ਵੈਕਸੀਨ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਵੀ ਹੈਗੇ ਆ ਅਤੇ ਤੁਸੀਂ ਟੀਕਾ ਲਗਵਾਇਆ ਪਹਿਲਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਦੇਖੀਏ, ਮੈਨੇ ਪਹਿਲੇ ਹੀ ਕਿਹਾ ਕਿ ਸੋਸ਼ਲ ਮੀਡੀਆ ਪਰ ਜੋ ਇਸ ਤਰ੍ਹਾਂ ਸੇ ਅਫਵਾਹ ਫੈਲਾਏ ਜਾ ਰਹੇ ਉਸਕੋ ਨਾ ਦੇਖੀਏ। ਆਪਣੇ ਹਮੇ ਦੇਖ ਲਿਆ ਕਿ ਹਮਨੇ ਵੈਕਸੀਨ ਲਗਵਾਇਆ ਹੈ, ਸੇਫ ਹੈ ਤਭੀ ਲਗਵਾਇਆ ਹੈ। ਇਸੀ ਸੇ ਇਹੀ ਮੈਸੇਜ ਹੈ ਕਿ ਲੋਕ ਸੇਫ ਸਮਝੇ। ਜਬ ਹਮ ਆਪਣੇ ਲਈ ਸੇਫ ਸਮਝ ਰਹੇ ਹਾਂ ਤੋ ਆਪਕੇ ਲਈ ਵੀ ਕਹਿ ਸਕਦੇ ਹਾਂ ਕਿ ਸੇਫ ਹੈ। ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੋ? ਲੋਕਾਂ ਨੂੰ ਸੰਦੇਸ਼ ਦੇਣਾ ਵੀ ਸਾਰਾ ਐਜ਼ ਏ ਮੈਡੀਕਲ ਸਪੈਸ਼ਲਿਸਟ ਮੈਂ ਸਾਰੀਆਂ ਇਨ ਆਊਟ ਕੀ ਸਟੱਡੀਜ਼ ਹੋ ਰਹੀਆਂ, ਕੀ ਟ੍ਰਾਇਲਸ ਹੋ ਰਹੀਆਂ, ਸਾਰਾ ਬੜਾ ਵਿਚਾਰਨ ਬਾਅਦ ਸਾਰਿਆਂ ਨੂੰ ਤਾਂਹੀਓ ਇਸ ਵਿਸ਼ਵਾਸ ਦਿਵਾਉਣਾ ਵੀ ਸਭ ਤੋਂ ਸੇਫ ਵੈਕਸੀਨ ਹੈ। ਜਦੋਂ ਇੱਕ ਗੌਰਮੈਂਟ ਦੇ ਸਿਸਟਮ ਨਾਲ ਇਹ ਪਾਸ ਹੁੰਦੀ ਹੈ, DCG ਕੰਟਰੋਲ, ਉਹਨਾਂ ਨੇ ਸੇਫਟੀ ਪਾਰਟ ਦੇਖਣਾ, ਐਫੀਸ਼ੀਐਂਸੀ ਪਾਰਟ ਇਜ਼ ਡਿਫਰੈਂਟ ਥਿੰਗ। ਐਫੀਸ਼ੀਐਂਸੀ ਨੂੰ ਸੇਫਟੀ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ ਕਿਸੇ ਨੂੰ। ਸੋ ਇਹ ਸੇਫ ਇੰਜੈਕਸ਼ਨ ਹੈ। ਅਸੀਂ ਇਹ ਮੈਸੇਜ ਦੇਣਾ ਵੀ ਸਾਰੇ ਆ ਕੇ ਖੁਦ ਹੀ ਆਪਦਾ ਲਾਉਣ, ਅਸੀਂ ਕੋਈ ਵਾਲੰਟਰੀ ਹੈ ਬੇਸਿਕਲੀ, ਕੋਈ ਕਿਸੇ ਤੇ ਨਹੀਂ ਹੈ ਵੀ ਤੁਸੀਂ ਲਵਾਉਣਾ ਹੀ ਲਾਉਣਾ। ਤੁਹਾਡੇ ਮੁਲਾਜ਼ਮਾਂ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਵੀ ਅਸੀਂ ਕਿਸੇ ਨਹੀਂ ਲਵਾ ਰਹੇ, ਉਹਦੇ ਨਹੀਂ, ਜੋ ਲੋਕਾਂ ਨੂੰ ਲਵਾ ਰਹੇ ਉਹਨਾਂ ਨੂੰ ਮੈਸੇਜ ਇਹੀ ਜਾਊਗਾ, ਲੋਕ ਖੁਦ ਆਉਣਗੇ। ਹਰ ਚੀਜ਼ ਨੇ ਇੱਕ ਆਪਦਾ ਟਾਈਮ ਲੈਣਾ, ਤਾਂ ਇਹੀ ਮੈਸੇਜ ਦੇਣ ਵਾਸਤੇ ਆ ਵੀ ਤੁਸੀਂ ਆਪ ਖੁਦ ਆਓ, ਅਸੀਂ ਕਿਸੇ ਨੂੰ ਕਹਿਣਾ ਨਹੀਂ ਹੈ ਪ੍ਰੈਸ਼ਰ। ਅਗਲਾ ਟੀਕਾ ਕਿੰਨੇ ਦਿਨਾਂ ਬਾਅਦ ਲੱਗੂਗਾ? ਅਗਲਾ ਸਾਡਾ 28 ਦਿਨਾਂ 'ਤੇ ਟੀਕਾ ਲੱਗੂਗਾ। ਕਿੰਨੇ ਸੈਂਟਰ ਨੂੰ ਅੱਗੇ ਵਧਾਉਣਾ ਉਹ ਵੀ ਗਾਈਡਲਾਈਨ ਸਾਨੂੰ ਹਜੇ ਆਉਣਗੀਆਂ। ਹਜੇ ਸਿਰਫ 3 ਸੈਂਟਰਾਂ ਦੀਆਂ, ਕੱਲ ਸ਼ਾਮ ਤੱਕ, ਕੱਲ ਨੂੰ ਨਹੀਂ ਟੀਕੇ ਲੱਗਣਗੇ, ਕੱਲ ਸ਼ਾਮ ਤੱਕ ਸਾਨੂੰ ਜੋ ਵੀ ਸੰਦੇਸ਼ ਆ ਜਾਣਗੇ ਅਸੀਂ ਉਹਨੂੰ ਫੋਲੋ ਕਰਾਂਗੇ। ਅੱਜ ਤਾਂ ਦੇਖੋ ਅਸੀਂ ਫਸਟ ਆ, ਇਦੋਂ ਬਾਅਦ ਸਾਨੂੰ 5 ਵਜੇ ਤੱਕ ਸੈਸ਼ਨ ਹੈ, 5 ਵਜੇ ਤੋਂ ਬਾਅਦ ਪਤਾ ਲੱਗੂ ਕਿੰਨੇ ਆਏ ਕਿੰਨੇ ਕਿੰਨੇ। अगर आपने हमारे चैनल को सब्सक्राइब नहीं किया है तो इसे सब्सक्राइब कर लें।